लॉफसरां दीआं भर्तियां नूं लै के सियासी घमसान छिड़ गया। पछड़े वर्ग दे लई राखवांकरण खत्म करन ते बसपा ने सवाल चुके ने अते मान सरकार नूं निशाने ते लिया। ਪੰਜਾਬ ਦੇ ਵਿੱਚ 178 ਲਾ ਆਫੀਸਰ ਦੀਆਂ ਪੋਸਟਾਂ ਦੀ ਭਰਤੀ ਦੇ ਉੱਤੇ ਬਹੁਤ ਵੱਡਾ ਬਵਾਲ ਜਿਹੜਾ ਉਹ ਖੜਾ ਹੋ ਚੁੱਕਾ ਆ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰਿਕਰੂਟਮੈਂਟ ਜਿਹੜੀਆਂ ਸ਼ਰਤਾਂ ਰੱਖੀਆਂ, ਭਰਤੀ ਦੀਆਂ ਸ਼ਰਤਾਂ ਰੱਖੀਆਂ, ਉਹਦੇ ਵਿੱਚ ਸ਼ਡਿਊਲ ਕਾਸਟ ਦੀ, ਬੈਕਵਰਡ ਦੀ ਅਤੇ ਹੋਰ ਹਰ ਤਰ੍ਹਾਂ ਦਾ ਜਿਹੜਾ ਰਾਖਵਾਂਕਰਨ ਹੈ ਉਹਨੂੰ ਜ਼ੀਰੋ ਕਰ ਦਿੱਤਾ ਆ, ਖਤਮ ਕਰ ਦਿੱਤਾ ਆ। ਇਸ ਗੱਲ ਨੂੰ ਲੈ ਕੇ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਡਿਊਲ ਕਾਸਟ ਦਾ, OBC ਦਾ ਅਤੇ ਹੋਰ ਕਈ ਤਰ੍ਹਾਂ ਦੇ ਰਾਖਵਾਂਕਰਨ ਉਹ ਕਿਉਂ ਖਤਮ ਕਰ ਦਿੱਤੇ, ਪੂਰੇ ਪੰਜਾਬ ਦੇ ਦਲਿਤਾਂ ਵਿੱਚ, ਪਛੜੇ ਵਰਗਾਂ 'ਚ ਇੱਕ ਬਹੁਤ ਵੱਡਾ ਵਿਦਰੋਹ ਜਿਹੜਾ ਖੜ੍ਹਾ ਹੋ ਗਿਆ।